ਦੁਨੀਆ ਦੀ ਸਭ ਤੋਂ ਖਤਰਨਾਕ ਹਿਰਨਾਂ ਦੀ ਰੇਸ ਦਿਖਾਊਂਗਾ ਮੈਂ ਰਸ਼ੀਆ 'ਚ। ਜਮਾਂ ਹਫਲ ਗਏ ਯਾਰ, ਕਿੱਡੀ ਜੀਭ ਨਿਕਲ ਗਈ। ਓ ਕਿੰਨੀ ਜ਼ਿਆਦਾ ਸਪੀਡ ਹੈ ਆਹ ਕੁੜੀ, ਦੇਖੋ ਕਿੰਨੀ ਜ਼ਿਆਦਾ ਸੋਹਣੀ ਹੈ। ਬਹੁਤ ਇੰਨੇ ਗਿਫਟ ਦੇ ਵੀ ਇਹਨਾਂ ਨੇ ਕੁੜੀਆਂ ਨੇ ਮੈਨੂੰ। ਆ ਪੁਰਾਣੀ ਜੀ ਵੀ ਰਸ਼ੀਅਨ ਗੱਡੀ ਖੜੀ ਹੈ, ਆ ਪੁਰਾਣਾ ਟਰੈਕਟਰ ਖੜੇ ਬਈ, ਬਹੁਤ ਜ਼ਿਆਦਾ ਪਿਆਰ ਹੈ। ਹੈਲੋ ਹੈਲੋ, ਇਹ ਸਾਰੇ ਵੀ ਰੂਸੀ ਫੌਜੀ ਨੇ ਅਤੇ ਉੱਥੇ ਲੜਾਈ 'ਚ ਵੀ ਇਹਨਾਂ ਨੇ ਫੋਟੋ। ਇੱਕ ਨਵੇਂ ਵਲੌਗ 'ਚ ਤੁਹਾਡਾ ਸਵਾਗਤ ਹੈ। ਜਿਨ੍ਹਾਂ ਨੇ ਪਿਛਲਾ ਵਲੌਗ ਦੇਖਿਆ ਸੀ, ਆਪਾਂ ਸਾਰੇ ਤੁਹਾਨੂੰ ਹਿਰਨ ਦਿਖਾਏ, ਘਰ ਦਿਖਾਏ ਰਸ਼ੀਆ ਦੇ, ਕੈਂਪਿੰਗ ਕੀਤੀ। ਅੱਜ ਹੁਣ ਤੁਹਾਨੂੰ ਹਿਰਨਾਂ ਦੀ ਰੇਸ ਦਿਖਾਉਣ ਜਾ ਰਿਹਾ ਬਈ। ਆਹ ਕੁੜੀਆਂ, ਹੈਲੋ ਦਰਸਤੇ ਵਿੱਚ ਕਰਸੀਬਾ। ਇਹ ਸਾਰੇ ਹਿਰਨ ਵੀ ਇਕੱਠੇ ਹੋ ਰਹੇ ਅਤੇ ਬਹੁਤ ਜ਼ਿਆਦਾ ਤੇਜ਼ ਭੱਜਦਾ ਹਿਰਨ, ਜਿਵੇਂ ਤੁਹਾਨੂੰ ਪਤਾ ਹੀ ਹੈ, ਤਾਂ ਬਹੁਤ ਜ਼ਿਆਦਾ ਲੋਕ ਮਰ ਵੀ ਜਾਂਦੇ ਉਹਰੇ ਕਈ ਵਾਰੀ। ਆਹ ਚਿੱਟਾ ਹਿਰਨ ਹੈ ਦੇਖੋ, ਕਿੰਨਾ ਜ਼ਿਆਦਾ ਸੋਹਣਾ। ਇਹਨਾਂ ਨੂੰ ਠੰਡ ਲੱਗ ਰਹੀ ਹੈ, ਕੰਬ ਰਹੇ ਆ। ਆਹ ਦੇਖੋ ਇਹ ਲੱਤ ਨਹੀਂ ਮਾਰਦੇ ਵੀ ਘੋੜੇ ਵਾਂਗੂ ਪਿੱਛੇ, ਇਹਨਾਂ ਦੀਆਂ ਪੂੰਛਾਂ ਦੇਖੋ ਲੰਡੀਆਂ ਹੀ ਹੁੰਦੀਆਂ ਨੇ। ਇਹ ਅਕੂਤੀਆ ਦੀ ਲੋਕਲ ਕੰਪਨੀ ਹੈ ਵੀ, ਇਹਨਾਂ ਦੇ ਪ੍ਰੋਡਕਟ ਨੇ ਦੇਖੋ ਸਾਰਾ ਕੁਛ, ਸਲੀਪਿੰਗ ਬੈਗ ਹੈ ਨਾ, ਇਹ ਟੈਂਟ ਟੁੰਟ। ਰਾਤ ਇਹ 'ਚ ਹੀ ਸੁੱਤੇ ਸੀ ਵੀ, ਇਹ ਫਰੀ ਪ੍ਰਮੋਸ਼ਨਲ ਸੀ। ਦੇਖੋ ਇਹ ਸਾਰੇ ਇਹਨਾਂ ਦੇ ਦਸਤਾਨੇ ਦਸਤੂਨੇ ਜੇ ਪਏ ਆ ਕਾਫੀ, ਹੈ ਨਾ। ਇਹ ਕੱਪ ਕੁੱਪ ਜਿਹਾ ਪਿਆ ਸਾਰਾ ਕੁਛ, ਲਾਟਰਨ ਬਾਟਰਨ, ਆ ਬੂਟ ਜੇ ਵੀ ਸਾਰਾ ਕੁਛ ਇਹਨਾਂ ਦਾ ਹੀ ਹੈ। ਆਹ ਕੋਟ ਜਿਹਾ ਵੀ ਮਿਲ ਜੂਗਾ ਦੇਖੋ, ਕਾਫੀ ਮੋਟਾ ਹੈ। ਬਹੁਤ ਜ਼ਿਆਦਾ ਇਹਨਾਂ ਦੇ ਪ੍ਰੋਡਕਟ ਨੇ ਯਾਰ ਕੈਂਪਿੰਗ ਵਾਲੇ, ਠੰਡ ਵਾਸਤੇ ਹਰ ਚੀਜ਼, ਚਾਹੇ ਤੁਸੀਂ ਗੁਸਲਖਾਨਾ ਵੀ ਲੈ ਲਈ ਉਹ ਵੀ ਮਿਲ ਜੂਗਾ ਸਾਰਾ ਕੁਛ। ਪਿਛਲੇ ਵਲੌਗ 'ਚ ਹਿਰਨ ਤੁਹਾਨੂੰ ਇੱਕ ਘਰ ਦੇ ਦਿਖਾਏ ਸੀ ਵੀ, ਇਹ ਬਹੁਤ ਅਲੱਗ, ਇਹ ਅਲੱਗ ਅਲੱਗ ਲੋਕਾਂ ਦੇ ਹਿਰਨ ਨੇ ਇਹਦੇ ਸਿੰਘ ਦੇਖੋ। ਉਹ ਬਾਈ ਕਿੰਨਾ ਜ਼ਿਆਦਾ ਜ਼ਬਰਦਸਤ ਹੈ ਯਾਰ, ਜਿੱਥੇ ਵੀ ਨਿਗਾਹ ਮਾਰੋਗੇ ਤੁਹਾਨੂੰ ਹਿਰਨ ਹੀ ਦਿਖਣਗੇ। ਡਰ ਰਹੇ ਆ ਇਹ, ਕਿਵੇਂ ਦੇਖੋ ਉੱਪਰ ਚੜਿਆ ਪਿਆ, ਇਹਦੇ ਉੱਪਰ ਬੰਦੇ ਬੈਠਣਗੇ ਵੀ ਵਿਚਾਲੇ। ਓ ਬਾਈ ਦੇਖੋ ਵੀ ਕਿਵੇਂ ਜਾ ਰਿਹਾ ਬਈ। ਓ ਬਾਈ ਬਹੁਤ ਜ਼ਿਆਦਾ ਸਪੀਡ ਨਾਲ ਜਾਂਦੇ ਆ, ਇਹ ਮੇਨ ਲੈਂਡ ਕਰ ਰਿਹਾ ਜੇ ਤੇ ਭਜਾਣਗੇ ਤਾਂ ਇਹਨਾਂ ਨੂੰ ਅੱਗੇ ਤੋਂ ਹੀ। ਜਿਵੇਂ ਐਵਰੈਸਟ 'ਤੇ ਜਾਮ ਲੱਗ ਜਾਂਦਾ ਸੀ, ਉਹੀ ਪਹਿਲਵਾਨੀ ਗੇੜੀ ਦੇ ਰਿਹਾ ਵੀ ਇਹਨਾਂ ਦਾ ਗੁਰੂ, ਜਿਹਦਾ ਘਰ ਵੀ ਦਿਖਾਇਆ ਸੀ ਕੱਲ੍ਹ ਤੁਹਾਨੂੰ, ਪੂਰੀ ਡਰੈਸ ਪਾ ਕੇ ਆ ਰਿਹਾ। ਇਹ ਡਰ ਕੇ ਭੱਜਦੇ ਆ ਯਾਰ, ਡਰ ਲੱਗਦਾ ਹਿਰਨ, ਹਿਰਨਾਂ ਨੂੰ ਕਾਫੀ ਡਰ ਲੱਗਦਾ ਫਿਰ ਭੱਜਦੇ ਆ ਇਹ। ਜਵਾਕ ਜੇ ਬੈਠ ਕੇ ਜਾਂਦੇ ਵੀ ਉੱਥੇ ਤੱਕ। ਇਹ ਆਪਣੇ ਸਾਰੇ ਆਪਣੇ ਸਾਥੀ ਮਿਲ ਗਏ ਦੇਖੋ, ਇਹ ਉੱਦਣ ਵਾਲੀ ਹੈ ਨਾ ਗੁੱਡੀ, ਉਹੀ ਹੈ ਨਾ, ਉੱਦਣ ਮਿਲੇ ਸੀ ਆਪਾਂ ਸਾਰੇ ਦੇਖੋ। ਆਹੀ ਅਕੂਤੀਆ ਦੇ ਵੀ ਸੱਭਿਆਚਾਰਕ ਕੱਪੜੇ ਆ ਟ੍ਰੈਡੀਸ਼ਨਲ, ਇਹਦੇ ਟੱਲੀ ਜੀ ਵਿਚਾਰੇ ਦੇ। ਸਾਰਾ ਘਰ ਵੀ ਹਿਰਨ ਦੀ ਖੱਲ ਤੋਂ ਬਣਾਇਆ ਇਹਨੂੰ। ਇੰਡੀਆ ਯੈਸ, ਕਿਵੇਂ ਛਾਲਾ ਮਾਰ ਰਿਹਾ ਹਿਰਨ ਜੇ ਯਾਰ, ਜੀਭ ਨਿਕਲੀ ਪਈ ਹੈ ਯਾਰ। ਇਹਨਾਂ ਨੇ ਹਿਰਨ ਵੀ ਉਰੇ ਇਕੱਠੇ ਕਰ ਲਏ, ਜਿਹੜੀ ਰੇਸ ਸਟਾਰਟ ਹੋ ਗਈ ਉਹ ਇੱਧਰ ਹੋ ਗਈ, ਉੱਥੇ ਲਿਖਿਆ ਸਟਾਰਟ ਹੈ, ਘੁੰਮ ਕੇ ਹੋਣਾ ਪਹਾੜਾਂ ਦੇ ਵਿੱਚ ਦੀ, ਇੱਧਰ ਸ਼ਾਇਦ ਐਂਡ ਲਿਖਿਆ, ਸਾਰੇ ਪਹਾੜ ਦੇ ਆਲੇ ਦੁਆਲੇ ਬਹੁਤ ਜ਼ਿਆਦਾ ਸੋਹਣਾ ਹਿੱਸਾ ਹੈ ਬਈ। ਵਿੱਚ ਉੱਧਰੋਂ ਬੈਠ ਕੇ ਵੀ ਜਵਾਕ ਆਏ ਹੈ ਨਾ, ਲੋਕ ਆਏ, ਹੁਣ ਰੇਸ 'ਚ ਦੇਖਦੇ ਹਾਂ ਵੀ ਜਵਾਕ ਵੀ ਜਾਣਗੇ ਵਿੱਚ ਜਾਂ, ਹੈ ਨਾ, ਕਿਉਂਕਿ ਜਵਾਕ ਤਾਂ ਨਹੀਂ ਜਾਣਗੇ ਵੀ ਲੋਕ ਹੋਰ ਜਿਹੜੇ ਲੋਕਲ ਨੇ। ਦਿਲ ਤਾਂ ਮੇਰਾ ਵੀ ਕਰਦਾ ਵੀ ਵਿੱਚ ਬੈਠ ਜਾਂ, ਕੱਲ੍ਹ ਨੂੰ ਰਿਸਕ ਲੈਣਾ ਐਵੇਂ। ਇਹ ਵੀ ਸਿੰਘ ਪਸੰਦ ਆ ਵੀ, ਤਾਂ ਹੀ ਇਹਨਾਂ ਦੇ ਸਿੰਘ ਸੁੰਘ ਟੁੱਟਦੇ ਆ ਦੇਖੋ, ਇੱਕ ਦੂਜੇ ਨਾਲ ਖੈਬੜ ਰਹੇ ਆ, ਸੁਭਾਅ ਦੇ ਤੱਤੀ ਨੇ।
ਇਹਨਾਂ ਦੇ ਖਾਣੇ 'ਚ ਵੀ ਹਿਰਨ ਹੈ, ਪਹਿਰਾਵੇ 'ਚ ਵੀ ਹਿਰਨ ਹੈ। ਮੈਂ ਤੁਹਾਨੂੰ ਦਿਖਾਈਆਂ ਸੀ ਪਿਛਲੀ ਵੀਡੀਓ 'ਚ ਵੀ, ਵਿਛਾਈਆਂ 'ਚ ਵੀ ਹਿਰਨ ਹੈ। ਤਾਂ ਹਿਰਨ ਇਹਨਾਂ ਦੀ ਜਾਨ ਵੀ ਹੈ, ਇਹਨਾਂ ਦੀ ਸ਼ਾਨ ਵੀ ਹੈ, ਹੈ ਨਾ। ਹਿਰਨ ਦੇ ਸਾਰੇ ਚੱਲਦੇ ਹੈਗੇ ਮੀਟ, ਉਰੇ ਵੀ ਲੋਕਾਂ ਦੇ ਫਾਰਮ ਨੇ ਹਿਰਨਾਂ ਦੇ, ਜਿਵੇਂ ਆਪਣੇ ਗਾਂਆਂ ਦੇ ਹੁੰਦੇ ਹੈ ਨਾ, ਦੁੱਧ ਪਾਉਂਦੇ ਆ। ਆ ਜਿਹੜੇ ਸਿੰਘ ਸੁੰਘੇ ਲੜ ਲੁੜ ਕੇ ਤੜਾਉਂਦੇ ਆ, ਮੈਨੂੰ ਤਾਂ ਲੱਗਦਾ ਸੀ ਵੀ ਇਹ ਕੱਟ ਦਿੰਦੇ ਆ, ਨਹੀਂ ਕੱਟਦੇ ਨਹੀਂ ਯਾਰ, ਇਹ ਲੜ ਲੁੜ ਕੇ ਤੜਾ ਦਿੰਦੇ ਆ, ਫਿਰ ਇਹਨੂੰ ਬੰਦ ਕਰ ਦਿੰਦੇ ਆ। ਇਹਦਾ ਘੋੜੇ ਵਾਂਗੂ ਲੰਬੀ ਇਹ ਹੁੰਦੀ ਹੈ ਵੀ, ਇਹਦੀ ਗਰਦਨ ਜੀ ਕਾਫੀ, ਦੇਖੋ ਲੰਡੇ ਹਿਰਨ ਕਹਿ ਸਕਦੇ ਹਾਂ, ਕਿਉਂਕਿ ਇਹਨਾਂ ਦੀ ਪੂੰਛ ਨਹੀਂ ਹੁੰਦੀ ਯਾਰ। ਲੋਹ ਲੋਹ ਹੀ ਹੋ ਗਿਆ ਵੀ ਬਰਫ਼ ਦੇ, ਇਹਦਾ ਕਾਰਨ ਵੀ ਹਿਰਨ ਜ਼ਖਮੀ ਹੋ ਗਿਆ, ਦੇਖੋ ਜ਼ਖਮੀ ਹੋ ਗਿਆ ਇਹਦਾ ਪੈਰ, ਹੈ ਨਾ, ਪੱਟੀ ਪੁੱਟੀ ਬੰਨੀ ਹੈ। ਇਹ ਭਜਾਉਣਾ ਗਲਤ ਯਾਰ, ਮੈਨੂੰ ਨਹੀਂ ਲੱਗਦਾ ਇਹਨੂੰ ਭਜਾਉਣਾ ਚਾਹੀਦਾ ਬੇਚਾਰੇ। 12 ਵਜੇ ਕਹਿੰਦੇ ਸੀ ਭਜਾਵਾਂਗੇ ਯਾਰ, 1 ਵਜਾ ਤਾ ਇਹਨਾਂ ਨੇ। ਇਹਨਾਂ ਦਾ ਵੀ ਇਹ ਕਲਚਰਲ ਡਾਂਸ ਹੈ, ਜਿਵੇਂ ਨਾਗਾਲੈਂਡ 'ਚ ਟ੍ਰਾਈਬਲ ਕਰਦੇ ਸੀ, ਹੈ ਨਾ। ਦੇਖੋ ਆਪਦੀ ਭਾਸ਼ਾ 'ਚ ਇਹ ਸਲੋਗਨ ਗਾ ਕੇ ਵੀ ਐਂ ਘੇਰਾ ਬਣਾ ਰੱਖਿਆ ਪੂਰਾ। ਆਹ ਕੁੜੀ ਦੇਖੋ ਕਿੰਨੀ ਜ਼ਿਆਦਾ ਸੋਹਣੀ ਹੈ, ਲੋਕ ਇਹ ਹੁਣ ਹੋਰ ਆ ਗਏ ਵੀ ਗਾਣਾ ਗਾਉਣ ਵਾਲੇ, ਉਹੀ ਹਿਸਾਬ ਕਿਤਾਬ ਹੈ ਵੀ। ਬਸ ਸਾਰਾ ਪ੍ਰੋਗਰਾਮ ਨੱਚਣ ਟੱਪਣ ਵਾਲਾ ਮੁੱਕ ਗਿਆ, ਉਹ ਤੋਂ ਬਾਅਦ ਦਿਖਾਉਣਗੇ ਵੀ ਰੇਸ। ਹੈਲੋ ਹੈਲੋ, ਇਹ ਹੋਰ ਪ੍ਰੋਗਰਾਮ ਚੱਲ ਪਿਆ। ਬਹੁਤ ਸੋਹਣਾ ਨੱਚ ਰਹੀਆਂ ਨੇ ਵੀ ਕੁੜੀਆਂ, ਗਰੁੱਪ ਹੈ ਇਹਨਾਂ ਦਾ ਚਾਰਾਂ ਦਾ, ਬਹੁਤ ਸੋਹਣਾ ਡਾਂਸ ਜੀ। 10 ਮਿੰਟ ਹੋ ਗਏ, ਕੁੜੀਆਂ ਦੇ ਬਹੁਤ ਜ਼ਿਆਦਾ ਡਾਂਸ ਕਰ ਰਹੀਆਂ ਨੇ ਯਾਰ। ਬ੍ਰਿਗੇਡੀਅਰ ਨਹੀਂ ਦੱਸਦਾ ਉੱਪਰ ਚੜ ਗਿਆ ਸਟੇਜ ਤੇ, ਇਹ ਬਾਹਲਾ ਘੈਂਟ ਬੰਦਾ ਯਾਰ। ਬੱਚੀ ਦਾ ਉੱਧਰ ਮੂੰਹ, ਉੱਧਰ ਉਹਦੀ ਮੰਮੀ ਆ, ਦੇਖੋ ਦੇਖੋ ਆ, ਦੇਖੋ ਬਈ ਇਹ ਜਦੋਂ ਚੜੀ ਸਟੇਜ ਤੇ ਵੀ ਡਿੱਗੀ ਸੀ, ਪੈਰ ਸਲਿੱਪ ਹੋ ਗਿਆ ਸੀ। ਬ੍ਰਿਗੇਡੀਅਰ ਬਈ ਫੁੱਲ ਇੰਜੋਏ ਕਰ ਰਿਹਾ, ਇਹ ਲੈ ਰਿਹਾ ਸਵਾਦ ਮੇਲੇ ਦਾ। ਹੇ ਮਨਸੰਬਲ, ਬਹੁਤ ਜ਼ਿਆਦਾ ਆਨੰਦ ਆ ਰਿਹਾ, ਜੇ ਤੁਸੀਂ ਸਾਈਬੇਰੀ ਆਏ ਤਾਂ ਇਹ ਮੇਲਾ ਨਾ ਮਿਸ ਕਰ ਦਿਓ, ਫਿਰ ਤੁਹਾਡੀ ਟ੍ਰਿਪ ਅਧੂਰੀ ਹੈ, ਕਿਉਂਕਿ ਉਰੇ ਤੁਹਾਨੂੰ ਇਹਨਾਂ ਦਾ ਕਲਚਰ ਡੰਗਾਈ 'ਚ ਜਾ ਕੇ ਦੇਖਣ ਨੂੰ ਮਿਲੂਗਾ। ਅਤੇ ਹਿਰਨਾਂ ਦੀ ਰੇਸ ਜਿਹੜੀ ਮੈਨੂੰ ਨਹੀਂ ਲੱਗਦਾ ਦੁਨੀਆ 'ਤੇ ਹੋਰ ਕਿਤੇ ਹੁੰਦੀ ਹੈ। ਲੈ ਇਹ ਆ ਗਏ ਹੁਣ, ਇਹ ਸਾਰਾ ਪਿੱਛੇ ਦਾ ਮਾਹੌਲ ਹੈ ਵੀ, ਦੁਕਾਨਾਂ ਦੁਕਾਨਾਂ ਗਰਾਊਂਡ ਹੈ, 200 ਲੋਕ ਹੀ ਹੁੰਦੇ ਆ ਉਰੇ ਮੇਲੇ 'ਚ। ਸਕੂਲ ਵਾਲੀਆਂ ਕੁੜੀਆਂ ਨੇ ਵੀ ਜਿਹੜੀਆਂ ਸਕੂਲ 'ਚ ਮਿਲੀਆਂ ਸੀ ਆਪਾਂ ਨੂੰ, ਉਹ ਦੇਖੋ ਉਵੇਂ ਉੱਡ ਰਹੀਆਂ ਨੇ। ਬਹੁਤ ਸੋਹਣੀ ਪਰਫਾਰਮੈਂਸ ਯਾਰ ਇਹਨਾਂ ਦੀ, ਵਾਓ। ਹਰ ਚੀਜ਼ ਉਰੇ ਹਿਰਨ ਨੂੰ ਹੀ ਸਮਰਪਿਤ ਹੈ, ਈਵਨ ਡਾਂਸ ਵੀ ਬਹੁਤ ਸਾਰੇ। ਅਤੇ ਉਰੇ ਠੰਡ ਜਿੰਨੀ ਮਰਜ਼ੀ ਹੋਵੇ ਇਹਨਾਂ ਲਈ ਮਾਇਨੇ ਨਹੀਂ ਰੱਖਦੀ। ਮੈਨਸ 55 'ਚ ਵੀ ਇਹ ਮੇਲੇ ਇੱਥੇ ਐਵੇਂ ਹੀ ਲੱਗਦੇ ਆ, ਨਵੇਂ ਸਾਲ ਐਵੇਂ ਮਨਾਏ ਜਾਂਦੇ ਆ ਧੂਮਧਾਮ ਨਾਲ।
ਸਾਢੇ 10 ਵਜੇ ਜਦੋਂ ਅਸੀਂ ਆਏ ਸੀ ਉਰੇ ਕੁਛ ਨਹੀਂ ਸੀ ਅਤੇ 12 ਵਜੇ ਪੂਰਾ ਮਾਹੌਲ ਹੀ ਬਦਲ ਗਿਆ ਸੀ। ਮੈਂ ਇਹਨਾਂ ਦੀ ਸਪਿਰਿਟ ਦੇਖ ਕੇ ਯਾਰ ਬਹੁਤ ਜ਼ਿਆਦਾ ਹੌਂਸਲਾ ਮੋਟੀਵੇਸ਼ਨ ਮਿਲਦੀ ਹੈ। ਇਹਨਾਂ ਨੇ ਆਪਦੇ ਕਲਚਰ ਨੂੰ ਸਟਿਲ ਪ੍ਰਜ਼ਰਵ ਕਰਕੇ ਰੱਖਿਆ ਇੰਨੇ ਐਕਸਟ੍ਰੀਮ ਵੈਦਰ ਦੇ ਵਿੱਚ, ਹੈ ਨਾ, ਜਿੱਥੇ ਮੈਂ ਸੋਚ ਕੇ ਨਲੀਆਂ ਨਿਕਲਣ ਲੱਗ ਜਾਂਦੀਆਂ ਨੇ ਅਤੇ ਉਰੇ ਇੰਜੋਏ ਕਰਦੇ ਅਤੇ ਖੁੱਲ੍ਹ ਕੇ ਜ਼ਿੰਦਗੀ ਜਿਉਂਦੇ, ਹੈ ਨਾ, ਕੋਈ ਉਹ ਨਹੀਂ ਹੈਗਾ। ਠੰਡ ਇੰਨੀ ਕੁ ਜ਼ਿਆਦਾ ਹੈ ਨਾ ਯਾਰ, ਮਿੰਟ ਮਤਲਬ 20 ਮਿੰਟ ਮਸਾ ਕੱਢਦਾ ਫੋਨ। ਮੈਂ ਕਾਰਾਂ ਹੀ ਕਾਰਾਂ ਖੜੀਆਂ ਨੇ, ਸਾਰਾ ਭਰਿਆ ਪਿਆ ਅੰਦਰ ਤੱਕ ਵੀ, ਈਵਨ ਦੂਰੋਂ ਦੂਰੋਂ ਲੋਕ ਦੇਖਣ ਆਉਂਦੇ ਆ ਵੀ ਇਹ ਮੇਲਾ। ਇਹ ਪਿੰਡ 'ਚ ਈਵਨ ਕੋਈ ਖਾਸਾ ਵੱਡਾ ਵੀ ਨਹੀਂ, ਥੋੜ੍ਹੀ ਜਿਹੀ ਜਨਸੰਖਿਆ, 100 ਕੁ ਲੋਕ ਮਸਾ ਰਹਿੰਦੇ ਹੋਣੇ। ਆਹ ਬੱਚਾ ਦੇਖੋ ਕਿੰਨਾ ਕਿਊਟ ਹੈ, ਛੋਟਾ ਜਿਹਾ। ਪਰਜਾਈ ਬਹੁਤ ਸਾਹੂ ਹੈ, ਮੈਂ ਬ੍ਰਿਗੇਡੀਅਰ ਦੀ ਘਰ ਵਾਲੀ, ਉਹ ਸੈੱਟ ਹੋ ਗਏ, ਉਹਨੇ ਪੂਰਾ ਖਰੂਦ ਪਾ ਰੱਖਿਆ ਪੂਰੇ ਮੇਲੇ 'ਚ, ਕਦੇ ਨੱਚਣ ਲੱਗ ਜਾਂਦਾ ਉਹ ਵਿਚਾਰੀ ਪਿੱਛੇ ਪਿੱਛੇ ਫਿਰ ਰਹੀ, ਉਹਨਾਂ ਨੂੰ ਸਾਂਭਦੀ ਫਿਰਦੀ ਹੈ। ਨਹੀਂ ਰਸ਼ੀਅਨ ਦਾ ਵੀ ਬੜੀਆਂ ਸਟੇਟ ਫਾਰਵਰਡ ਹੁੰਦੀਆਂ ਨੇ, ਜਿਵੇਂ ਉਹ ਬੈਣ ਵਾਲੀ ਨੇ ਉਹਨੂੰ ਸਾਈਡ 'ਤੇ ਬਿਠਾਇਆ ਸੀ ਵੀ ਮੈਂ ਚਲਾਉਂਦੀ ਹਾਂ ਤੂੰ ਸੈੱਟ ਹੋਇਆ ਬੈਠਿਆ। ਇਹ ਪਤਾ ਨਹੀਂ ਯਾਰ ਕਦੋਂ ਸਟਾਰਟ ਹੋਊਗੀ, ਘੰਟਾ ਹੋਵੇ ਉਹ ਹੀ ਖੜ੍ਹੇ ਨੇ। ਕਾਹ ਖਾ ਰਿਹਾ ਦੇਖੋ ਵੀ ਬਰਫ਼ ਬਰਾਂ ਕਰਕੇ। ਚਿੱਟਾ ਹੀ ਹਿਰਨ ਹੈ, ਚਿੱਟੀ ਇਹ ਘਾਹ ਹੈ। ਟਮਾਤਰ ਹਮਾਤਾ, ਹਾਂ ਹਾਂ, ਨਲੀ ਆ ਰਹੀ ਹੈ। ਪੂਰੀ ਤਿਆਰੀ ਮੁਕੰਮਲ ਕਰ ਲਈ ਗਈ ਹੈ, ਬਸ ਥੋੜ੍ਹੇ ਟਾਈਮ 'ਚ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਣ ਵਾਲੀਆਂ ਨੇ। ਆਹ ਝੰਡਾ ਵੀ ਇਹਨਾਂ ਦਾ, ਪੋਲ ਆਫ ਗੋਲਡ ਲਿਖਿਆ ਦੇਖੋ, ਨਾ ਇਹ ਨੰਬਰ ਲਾਏ ਹੋਏ ਨੇ ਇਹਦੇ ਉੱਪਰ। ਕੈਨ ਆਈ ਸਿਟ? ਦੁਗੜ ਦੁਗੜ। ਰੱਸੀਆਂ ਰੁੱਸੀਆਂ ਜੀਆਂ ਲਾਤੀਆਂ ਨਾ ਪੂਰੀਆਂ, ਤਗੜੇ ਲੈਵਲ ਦਾ ਮਾਹੌਲ ਹੈ। ਅਲੱਗ ਅਲੱਗ ਜਿਹੇ ਡੰਡੇ ਲਾਤੇ ਯਾਰ, ਪਤਾ ਨਹੀਂ ਇਹ ਇਕੱਠੀ ਭਜਾਉਣਗੇ ਸਾਰਿਆਂ ਨੂੰ, ਪਤਾ ਨਹੀਂ ਦੋ ਦੋ ਚਾਰ ਚਾਰਾਂ ਨੂੰ ਸਮਝ ਨਹੀਂ ਉਹ ਭੱਜਣਗੇ ਜਦੋਂ ਉਦੋਂ ਹੀ ਸਮਝ ਆਊਗੀ ਸਰ। ਇਹ ਵੀ ਵਿਚਾਰੇ ਭੁੱਖੇ ਮਾਰ ਰਿਹਾ ਸਵੇਰ ਦੇ, ਹੈ ਨਾ ਪੁੱਤ, ਆਇਆ ਦੁਗੜ ਦੁਗੜ ਆਇਆ। ਮਜ਼ਬੂਤ ਨੇ ਯਾਰ, ਇਹਨਾਂ ਦੇ ਅੱਗੇ ਚੇਪਤਾ, ਆਹ ਦੇਖੋ ਰੇ ਚੇਪਤਾ, ਪਿੱਛੇ ਵੀ ਚੇਪਤਾ, ਇੱਥੋਂ ਸ਼ੁਰੂਆਤ ਹੋਊਗੀ ਬਈ। ਹਾਂ ਇੰਡੀਆ ਇੰਡੀਆ ਯਾ ਐਂਡ ਕੁਦਾ ਇਕੂਤੀਆ ਬਿਚ ਸਿਟੀ ਹਾਂਡੀਗਾ, ਹਾਂ ਹਾਂਡੀਗਾ ਕਰਸੀਬਾ, ਹਾਂ ਦਾ ਯੂ ਨੋ ਮੁਬਾਰਕ ਪਨੀਮਾਓ ਮੁਬਾਰਕ ਰੈਸਲਰ ਦਾ 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 ਦਰੁਗ ਦਰੁਗ ਦਾ ਮੀਨੀ ਇਨ ਹਾਂਡੀਗਾ ਦਾ। ਰੈੱਡ ਬੁੱਲ ਪੀ ਲਈਏ ਯਾਰ, ਇਹਦਾ ਜਦੋਂ ਭਜਾਣਗੇ ਭਜਾਣਗੇ ਸਾਰੇ ਖੜ ਗਏ ਵੀ, ਆ ਕੇ ਲਾਈਨ ਅਪ ਕਰਨ ਲੱਗ ਗਏ ਵੀ ਸਾਰੇ। ਤਿੰਨ ਤਿੰਨ ਟੋਲੀਆਂ ਤਾਂ ਆ ਗਈਆਂ, ਇੱਧਰ ਲੈ ਕੇ ਜਾਈ ਜਾ ਰਹੇ ਆ, ਪਤਾ ਨਹੀਂ ਇੱਧਰੋਂ ਸਟਾਰਟ ਹੋ ਗਈ, ਸਮਝ ਤੋਂ ਬਾਹਰ ਹੈ ਗੱਲਬਾਤ ਮੇਰੇ ਤਾਂ। ਬ੍ਰੇਕ ਜੇ ਲਾਉਂਦੇ ਵੀ ਜਿਵੇਂ ਆਪਾਂ ਬਲਦ ਦੀ ਨੱਤ ਕੱਢਿਆ। ਲੋ ਵੀ ਤਿਆਰੀ ਪੂਰੀ ਹੈ ਅਤੇ 9 ਗਰੁੱਪ ਨੇ ਲਗਭਗ, ਇਹ ਕਹਿ ਰਿਹਾ ਵੀ ਪਹਿਲਾਂ ਪਹਿਲਾਂ ਗਰੁੱਪ ਭੱਜੂਗਾ ਫਿਰ ਦੂਜਾ। ਬਈ ਜਦੋਂ ਸਟਾਰਟ ਹੋ ਗਿਆ ਪਹਿਲਾਂ ਇਹਨਾਂ ਨੇ ਰੱਸੀਆਂ ਰੁੱਸੀਆਂ ਜੀਆਂ ਵਿਛਾਣੀਆਂ ਨੇ, ਉਹ ਤੋਂ ਬਾਅਦ ਹੀ ਹੋਊਗਾ ਸਾਰਾ ਕੰਮ। ਉਹ ਬਈ ਹੋ ਗਿਆ ਸਟਾਰਟ, ਦੇਖੋ ਭੱਜ ਲਏ, ਪੁੱਛ ਰੱਸੀਆਂ ਜੀਆਂ ਵਿਛਾ ਦੀਆਂ ਸਾਰਿਆਂ ਨੇ। ਓ ਬਾਈ ਓ ਇੱਧਰ ਭੱਜ ਰਿਹਾ, ਭੱਜ ਕੇ ਜਾਣਾ ਹੈ। ਉਹ ਦੇਖੋ ਉਹ ਡਿੱਗ ਰਿਹਾ, ਉਹ ਡਿੱਗ ਰਿਹਾ ਬਈ ਡਿੱਗ ਰਿਹਾ, ਉਹ ਉੱਥੇ ਇਹਨਾਂ ਦੇ ਹਿਰਨ ਖੜੇ ਆ, ਉਹ ਬੈਠ ਗਏ, ਉਹ ਲੈ ਗਿਆ ਭਜਾ ਕੇ ਉਹਦਾ, ਉਹ ਡਿੱਗਿਆ, ਏ ਉਹ ਡਿੱਗਿਆ, ਉਹ ਡਿੱਗਿਆ, ਏ ਪਹਿਲਾਂ ਭੱਜ ਕੇ ਉੱਥੇ ਗਏ ਨੇ, ਉੱਥੋਂ ਹਿਰਨ ਦੇ ਚੜਿਆ ਵੀ ਘੋੜੇ ਵਾਂਗੂ, ਫਿਰ ਅੱਗੇ ਤੋਂ ਦੂਜੇ ਹਿਰਨ ਲੈ ਕੇ ਆਣਗੇ ਦੂਜੀ ਸਾਈਡ ਤੋਂ। ਮੈਂ ਜੇ ਡਿੱਗੇ ਕੋਈ ਚੱਕਰ ਨਹੀਂ, ਦੁਬਾਰੇ ਹਿਰਨ ਦੇ ਚੜ ਕੇ ਜਾ ਸਕਦਾ, ਰਲਣ ਦਾ ਮੌਕਾ ਹੁੰਦਾ। ਆਹ ਲਾਲ ਝੰਡੀ ਲੈ ਕੇ ਖੜੇ ਵੀ ਪਰਾਂ ਹੋ ਜਾਓ, ਇੱਧਰੋਂ ਆਣਗੇ ਦੇਖੋ ਕਿੰਨੀ ਕਿੰਨੀ ਬਰਫ਼ ਦੇ ਵਿੱਚ ਦੀ ਮੈਂ ਤੁਰਿਆ ਜਾ ਰਿਹਾ।
ਮੇਰੇ ਪੈਰ ਦੇਖੋ ਕਿੰਨੇ ਕਿੰਨੇ ਜਾ ਰਹੇ ਲੋਅਰ ਤੱਕ। ਟੂਰ ਏਜੰਸੀ ਹੈ ਇਹਦੀ ਓਮੀਆਗੌਨ 'ਚ, ਇਹ ਲੈਂਦੀ ਹੈ 45,000 ਜੇ ਕਿਸੇ ਨੇ ਆਉਣਾ 5 ਦਿਨਾਂ ਦੇ ਟੂਰ ਦਾ ਜਾਂ ਕੂਸਕ ਤੋਂ। ਕਿਵੇਂ ਭੱਜੇ ਆ ਰਹੇ ਯਾਰ ਹਿਰਨ, ਕਿੰਨੀ ਜ਼ਿਆਦਾ ਸਪੀਡ 'ਤੇ। ਓ ਓ ਬਈ ਓ ਬਈ ਦੇਖੋ, ਓ 5-5 ਦੇ ਗਰੁੱਪ 'ਚ ਭਜਾ ਰਿਹਾ ਬਈ, ਕਾਫੀ ਨੇ ਯਾਰ ਗਰੁੱਪ ਦਾ ਉਰੇ, ਮਤਲਬ ਆ ਚੋਬਰ ਜਿੱਤ ਗਿਆ ਬਈ। ਹਾਂ ਆ ਜਿੱਤ ਗਿਆ, ਉਹ ਕੈਮਰਾ ਵੀ ਲਾਈ ਫਿਰਦਾ ਦੇਖੋ ਹੈੱਡ 'ਤੇ, ਆ ਪਿੱਛੇ ਰਹਿ ਗਿਆ। ਜਿਵੇਂ ਆਪਣੇ ਬਲਦਾਂ ਦੀ ਰੇਸ ਹੁੰਦੀ ਹੈ ਉਵੇਂ ਹੀ ਆ, ਬਸ ਬਲਦਾਂ ਦੇ ਤਾਂ ਉੱਪਰ ਖੜ੍ਹੇ ਹੁੰਦੇ ਵੀ ਆਪਣੇ ਪੰਜਾਬੀ, ਆ ਪਿੱਛੇ ਰੇੜਾ ਜਾ। ਆ ਦੇਖੋ ਹਫੜ ਗਏ ਵਿਚਾਰੇ, ਹਫੜ ਗਏ ਯਾਰ, ਹੋਰ ਘੁਮਾ ਗਏ ਘੁਮਾ ਗਏ। ਦਰਸ਼ਕ ਦੇਖੋ ਪੱਬਾਂ ਭਾਰ ਹੋਏ ਖੜ੍ਹਿਆ ਸਾਰੇ, ਪਿੱਛੇ ਰਹਿ ਗਿਆ ਜਮਾਂ 4th ਨੰਬਰ ਵਾਲਾ ਵੀ। ਆ ਮੇਰੇ ਨਾਲ ਚਿੰਬੜੀ ਜਾ ਰਹੀ ਹੈ ਗੁਗਲੂ ਜੀ, ਕੱਕ ਤੀ ਵੀ ਸਬੂਤ ਦਯਾਨਾ ਦਯਾਨਾ ਰੁਸਕੀ ਪੰਨੀ ਮਾਇਓ ਨੀਅਤ ਪੰਨੀ ਮਾਇਓ, ਇਹਨੂੰ ਰਸ਼ੀਅਨ ਹੀ ਨਹੀਂ ਆਉਂਦੀ। ਇਹ ਸਾਰੇ ਵੀ ਟ੍ਰੈਡੀਸ਼ਨਲ ਕੱਪੜੇ ਪਾ ਕੇ ਭੱਜਦੇ ਆ ਜਿਹੜੇ ਹਿਰਨਾਂ ਨੂੰ ਭਜਾਉਂਦੇ ਆ। ਦੇਖੋ ਸਾਰੇ ਕੱਪੜੇ ਹੈ ਨਾ, ਟੋਪੀ ਸਾਰੇ ਖੱਲ ਦੇ ਹੀ ਬਣੇ ਹੋਏ ਆ, ਚਾਕੂ ਇਹਨਾਂ ਦਾ ਟ੍ਰੈਡੀਸ਼ਨਲ। ਇਹ ਲੈ ਗਿਆ ਬਈ, ਇਹ ਜਵਾਕ ਜੇ ਪਤਾ ਨਹੀਂ ਕੀ ਕਹੀ ਜਾਂਦੇ ਹੁਣ, ਮੈਨੂੰ ਕਿਹੜਾ ਇੰਨੀ ਰਸ਼ੀਅਨ ਆਉਂਦੀ ਹੈ। ਗੁਗਲੂ ਘੈਂਟ ਹੈ ਤੂੰ, ਨੌਰਥ ਵੀ ਟੋਪੀ ਬੜੀ ਘੈਂਟ ਹੈ, ਮੈਨੂੰ ਦੇ ਦੇ। ਇਹ ਸਾਰੇ ਜਵਾਕ ਆਪਣੇ ਦਾ ਫੋਟੋ ਕਰਵਾ ਕੇ ਗਏ ਆਪਣੇ ਫੈਨ ਫੋਲੋਅਰ ਨੇ ਸਾਰੇ ਰਸ਼ੀਆ ਤੋਂ ਮੇਰੀ। ਇਹ ਕਹਿੰਦੇ ਤੇਰੀ ਪਹਿਲੀ ਸੀਟ 'ਚ ਦੇਖੀ ਤੁਹਾਨੂੰ ਬੜੀ ਘੈਂਟ ਲੱਗੀ, ਠੀਕ ਹੈ। ਇਹਨਾਂ ਕੋਲ ਡਾਂਗਾਂ ਜੀਆਂ ਨੇ ਵੀ, ਇਹ ਮਾਰਦੇ ਆ ਫਿਰ ਭਜਾਉਂਦੇ ਹਨਾ, ਜਿਵੇਂ ਆਪਣੇ ਬਲਦਾਂ ਦੇ ਆਰਾ ਮਾਰਦੇ ਹੁੰਦੇ ਆ। ਇਹ ਖੇਡ ਦੇ ਵਿੱਚ ਵੀ ਇਕੱਲੇ ਹਿਰਨ ਦਾ ਜ਼ੋਰ ਨਹੀਂ ਲੱਗਦਾ, ਬੰਦੇ ਦਾ ਵੀ ਲੱਗਦਾ, ਕਿਉਂਕਿ ਪਹਿਲਾਂ ਬੰਦਾ ਭੱਜਦਾ ਯਾਰ। ਓ ਬਈ ਉਹ ਭਜਾ ਤੇ, ਉਹ ਭੱਜ ਗਏ, ਉਹ ਭਿੜ ਗਏ ਬਈ, ਸਾਰੇ ਭਿੜ ਗਏ। ਦੇਖੋ ਉਹ ਜਾ ਰਿਹਾ ਵੀ ਭੱਜੇ, ਉਹ ਦੇਖੋ ਵੀ ਵਿੱਚ ਉਹ ਕਿੱਧਰ ਕਿੱਧਰ ਵੜ ਗਏ, ਉਹ ਬਾਈ ਕਿੱਧਰ ਵੜ ਗਏ। ਕਿਲੋਮੀਟਰ ਗੇੜਾ ਦੇ ਕੇ ਆਉਂਦੇ ਯਾਰ ਵਾਪਸ ਹਨਾ, ਫਿਰ ਥੱਕ ਜਾਂਦੇ ਆ ਉਰੇ ਤੱਕ ਆਉਂਦੇ, ਹੱਫਲ ਜਾਂਦੇ ਆ, ਤਾਂ ਮੈਂ ਉੱਥੇ ਖੜ ਕੇ ਬਣਾਊਂਗਾ ਵੀਡੀਓ, ਉੱਧਰੋਂ ਹੁਣ ਕਰਾਂਗੇ ਸ਼ੂਟ। ਪਹਾੜ ਦੀ ਜੜ ਚੋਂ ਗੇੜਾ ਦੇ ਕੇ ਆਉਂਦੇ ਆ ਵੀ, ਲਗਭਗ 5-6 ਕਿਲੋਮੀਟਰ ਦਾ ਗੇੜਾ ਹੋਣਾ ਯਾਰ ਇਹ। ਮੈਨੂੰ ਲੱਗਦਾ ਵੀ ਗੇੜਾ 10 ਕਿਲੋਮੀਟਰ ਦਾ ਨਾ ਹੋਵੇ, ਕਿਉਂਕਿ ਲਗਭਗ 20-25 ਮਿੰਟ ਲੱਗ ਜਾਂਦੇ ਮੁੜ ਕੇ ਆਉਣ 'ਚ। ਕਿਧਰੇ ਨਹੀਂ ਮੈਨੂੰ ਦਿਖ ਰਹੇ ਹਜੇ ਤੱਕ, 15 ਮਿੰਟ ਤਾਂ ਹੋ ਗਏ ਭੱਜਿਆਂ ਨੂੰ, ਦੇਖੋ ਕਿਧਰੇ ਨਹੀਂ ਦਿਖੇ ਰਹੇ ਰਾਹ 'ਚ। ਉਹ ਆ ਰਿਹਾ ਵੀ ਭੱਜੇ, ਕਾਫੀ ਦੂਰ ਨੇ ਉਹ ਬਾਈ, ਆਹ ਸਭ ਤੋਂ ਅੱਗੇ ਆ ਵੀ, ਬਾਕੀ ਸਾਰੇ ਪਿੱਛੇ ਆ। ਕਿਵੇਂ ਆ ਰਿਹਾ ਭਜਾਈ, ਸਭ ਤੋਂ ਅੱਗੇ ਹੈ ਇਹ, ਦੇਖੋ ਕਿਵੇਂ ਭਜਾਈ ਲੈ ਕੇ ਆ ਰਿਹਾ ਬਈ। ਉਹ ਦੇਖੋ ਬਈ ਕਿਵੇਂ ਭਜਾਈ ਆ ਰਿਹਾ, ਉਹ ਕਿੰਨੀ ਜ਼ਿਆਦਾ ਸਪੀਡ ਹੈ ਇਹ ਦੇਖੋ ਬਈ। ਉਹ ਬਈ ਪੂਰੇ 20 ਮਿੰਟਾਂ 'ਚ ਗੇੜਾ ਦੇ ਕੇ ਆਇਆ ਬਈ, ਇਹ ਪਿੱਛੇ ਰਹਿ ਗਏ ਯਾਰ। ਉਹ ਬਈ
ਦੇਖੋ ਦੇਖੋ ਸਿੰਘ ਦੇਖੋ ਰਾਹ ਦੇਖੋ ਵੀ ਪੈਰਾਂ ਦੇ ਨਿਸ਼ਾਨਾਂ ਨਾਲ ਕਿਵੇਂ ਦਾ ਹੋ ਗਿਆ ਸਾਰਾ ਹਾਲ ਦੇਖੋ ਯਾਰ ਹਫੜ ਗਏ ਵਿਚਾਰੇ ਦੇਖੋ ਤੁਰਿਆ ਵੀ ਨਹੀਂ ਆ ਰਿਹਾ ਵਿਚਾਰਿਆਂ ਤੋਂ ਯਾਰ ਧੱਕਾ ਵਾਲਾ ਹੈ ਪੇੜ ਦੇਖੋ ਓ ਬਈ ਬਹੁਤ ਸਾਂ ਚੜਿਆ ਜਿਵੇਂ ਆਪਣੇ ਰੇਡਾਂ ਤੇ ਕਬੱਡੀ ਤੇ ਪੈਸੇ ਲਾਉਂਦੇ ਹੁੰਦੇ ਆ ਨਾ ਹਿਰਨਾਂ ਦੇ ਵੀ ਪੈਸੇ ਲਾਉਂਦੇ ਆ ਇਹ ਵੀ ਜੇ ਇਹ ਜਿੱਤ ਗਏ ਇੰਨੇ ਪੈਸੇ ਦੇਵਾਂਗੇ ਉਹੀ ਕੁਛ ਬੋਲਣ ਲੱਗ ਰਿਹਾ ਹਾਲਤ ਦੇਖ ਲਓ ਯਾਰ ਹਿਰਨ ਦੀ ਵਿਚਾਰੇ ਦੇ ਹਫੜ ਗਿਆ ਜਮਾ ਹੀ ਬਈ ਜਮਾ ਹਫੜ ਗਏ ਵਿਚਾਰੇ ਕਿੱਡੀ ਜੀਵ ਨਿਕਲ ਗਈ ਦੇਖੋ ਸਾਹ ਦੇਖੋ ਯਾਰ ਕਿੰਨਾ ਚੜ ਰਿਹਾ ਵਿਚਾਰਿਆਂ ਨੂੰ ਹਾਲਤ ਦੇਖੋ ਯਾਰ ਹਿਰਨ ਦੀ ਹਫੜ ਗਏ ਵਿਚਾਰੇ ਜਮਾ ਕਿੱਡੀ ਜੀਵ ਨਿਕਲੀ ਪਈ ਹੈ ਇਹ ਪਿੱਛੇ ਰਹਿ ਗਏ ਸੀ ਸਭ ਤੋਂ ਜਮਾ ਹਫੜ ਗਏ ਯਾਰ ਕਿੱਡੀ ਜੀਵ ਨਿਕਲ ਗਈ ਮੈਨੂੰ ਬਹੁਤ ਤਰਸ ਆ ਰਿਹਾ ਵਿਚਾਰਿਆਂ ਦੇ ਨਿਬੜ ਗਿਆ ਮੇਲਾ ਬਚ ਗਿਆ ਠੇਲਾ ਸਾਰੇ ਤੁਰ ਪਏ ਬਈ ਸਾਰੇ ਚਿੰਬੜ ਗਏ ਵੀ ਆ ਕੇ ਮੀਟ ਨੂੰ ਇੱਥੇ ਬਹੁਤ ਤਰ੍ਹਾਂ ਦੀਆਂ ਖੇਡਾਂ ਹੁੰਦੀਆਂ ਨੇ ਵੀ ਬਰਫ਼ 'ਚ ਨੰਗੇ ਪਿੰਡੇ ਭੱਜਣਾ ਹੈ ਨਾ ਬਰਫ਼ 'ਚ ਮਤਲਬ ਨੰਗੇ ਪਿੰਡੇ ਵਜਨ ਚੱਕ ਕੇ ਭੱਜਣਾ ਬਹੁਤ ਕੁਛ ਹੁੰਦਾ ਉਰੇ ਬਰਫ਼ 'ਚ ਮੈਰਾਥਨ ਭੁੱਖ ਲੱਗੀ ਯਾਰ ਪਰ 21 ਸਾਲ ਰਹਿ ਗਈ ਜਿਹਦੇ ਕੋਲ ਬਹੁਤ ਜ਼ਿਆਦਾ ਭੀੜ ਹੈ ਦੇਖੋ ਕਿੰਨੀ ਵੱਡੀ ਲਾਈਨ ਹੈ ਇੱਕ ਸਾਈਡ ਚਾਹ ਚੱਲ ਰਹੀ ਇੱਕ ਸਾਈਡ ਬੋਰਡ ਕਾ ਚਾਹ ਤੇ ਬੋਰਡ ਕਾ ਇੱਕੋ ਟੇਬਲ ਤੇ ਸਰ ਬੋਰੀ ਹੈ ਲੈ ਵੀ ਆਪਾਂ ਖਾ ਰਹੇ ਹਾਂ ਪੁਲਾਵ ਲੂਣ ਮਿਰਚ ਜਮਾ ਨਹੀਂ ਹੈਗਾ ਵੀ ਫਿੱਕਾ ਹੀ ਹੈ ਜਮਾ ਹੀ ਆ ਵੀ ਰਿਹਾ ਕੁਛ ਲੋਕਲ ਰਸ਼ੀਅਨ ਬੋਰਡ ਦਾ 1898 ਦਾ ਮੇਰਾ ਜਨਮ ਹੈ ਰੱਸਾ ਕੱਸੀ ਵੀ ਹੁੰਦੀ ਹੈ ਬਈ ਉਰੇ ਦੇਖੋ ਬਰਫ਼ ਦੇ ਵਿੱਚ ਪੂਰੀ ਖਾ ਪੀ ਲਿਆ ਗਰਮੀ ਆ ਗਈ ਯਾਰ ਕਿਉਂਕਿ ਜਾਣਾ ਹੈ ਯਾਰ ਨਹੀਂ ਮੈਂ ਤੁਹਾਨੂੰ ਦਿਖਾ ਦਿੰਦਾ ਰੱਸਾ ਕੱਸੀ ਬੈਨ ਜੀ ਪਤਾ ਨਹੀਂ ਆਈ ਹੈ ਕਈ ਵਾਰੀ ਕੰਪਰੋਮਾਈਜ਼ ਵੀ ਕਰਨਾ ਪੈਂਦਾ ਬਈ ਦੂਜੇ ਹਿਸਾਬ ਨਾਲ ਚਲੋ ਬਈ ਬਾਏ ਬਾਏ ਰਾਜ ਯਾਰ ਕੁਛ ਵੀ ਨਹੀਂ ਹੈਗਾ ਸਿਰਫ ਫਰੋਜ਼ਨ ਨਦੀਆਂ ਨੇ ਖਾਲੀ ਰੋਡ ਇੱਕ ਵੀ ਸਾਧਨ ਦੇਖਣ ਨੂੰ ਨਹੀਂ ਮਿਲ ਰਿਹਾ 100 ਕਿਲੋਮੀਟਰ ਆ ਗਏ ਵੀ ਹੁਣ ਆਪਾਂ ਚੜ੍ਹ ਕੇ ਉਸ ਨਰਾ ਤੋਂ ਯਕੂਸ ਕਾਲੇ ਰੋਡ 'ਤੇ ਇਹ ਥੋੜ੍ਹਾ ਜਿਹਾ ਚੌੜਾ ਹੈ ਬਈ ਰਾਹ 'ਚ ਇੱਕ ਪਿੰਡ ਆਇਆ ਸੀ ਛੋਟਾ ਜਿਹਾ ਜਮਾ ਹੀ ਉੱਜੜਿਆ ਹੋਇਆ ਸੀ ਮਤਲਬ ਹੈਗੇ ਸੀ ਲਗਭਗ 50-60 ਘਰ ਪਰ ਕੋਈ ਵੀ ਨਹੀਂ ਸੀ ਉੱਥੇ ਡੇਢ ਘੰਟੇ ਬਾਅਦ ਇਹ ਟਰੱਕ ਦੇਖਿਆ 4 ਦੇਖੋ ਸਾਰੇ ਗਰੁੱਪ 'ਚ ਚੱਲਦੇ ਆ ਇਕੱਲਾ ਸਾਧਨ ਉਰੇ ਛੇਤੀ ਛੇਤੀ ਚੱਲਦਾ ਨਹੀਂ ਕਾਰਨ ਹੈ ਵੀ ਇੱਥੋਂ ਦਾ ਕਿਉਂਕਿ ਜੇ ਇਕੱਲਾ ਸਾਧਨ ਖਰਾਬ ਹੋ ਗਿਆ ਉਰੇ ਕੁਛ ਨਹੀਂ 6:30 ਹੋ ਗਏ ਸ਼ਾਮ ਦੇ ਹੁਣ ਸਨਸੈੱਟ ਹੋਣ ਲੱਗ ਗਿਆ ਅਤੇ ਬਾਹਰ ਦਾ ਵਿਊ ਇੰਨਾ ਜ਼ਿਆਦਾ ਸੋਹਣਾ ਹੈ ਬਈ ਮੈਂ ਦੱਸ ਨਹੀਂ ਸਕਦਾ ਅੱਠ ਵੱਜ ਗਏ ਰਾਤ ਦੇ ਆਪਾਂ ਪਹੁੰਚ ਗਏ ਓਡੋ ਓਡੋ ਵੀ ਇਹਨਾਂ ਦੇ ਰੈਸਟੋਰੈਂਟ ਦਾ ਨਾਮ ਹੈ ਪਹਿਲਾਂ ਤਾਂ ਅੱਗੇ ਲੈ ਗਈ ਸੀ ਬੀਬੀ 10 ਕਿਲੋਮੀਟਰ ਤੋਂ ਮੁੜ ਕੇ ਲਈ ਹੈ ਉਸ ਦਿਨ ਵਾਲਾ ਭਾਈ ਮਿਲ ਗਿਆ ਵੀ ਜਿਹੜਾ ਆਪਾਂ ਨੂੰ ਉਰੇ ਤੱਕ ਲੈ ਕੇ ਆਇਆ ਸੀ ਇਹਨਾਂ ਟਰੱਕ ਦੇ ਉਸ ਦਿਨ ਭਾਈ ਸਾਹਿਬ ਨਾਲ ਆਪਾਂ ਨੇ ਉਰੇ ਖਾਇਆ ਸੀ ਅਤੇ ਅੱਜ ਆਪਾਂ ਉਰੇ ਸੂਪ ਪੀ ਰਹੇ ਹਾਂ ਬਹਿ ਕੇ ਦੱਸਦਾ ਨਹੀਂ ਆ ਵਾਏ ਵਾਏ ਸਵੇਰ ਦੇ 8 ਵੱਜ ਗਏ ਵੀ ਦੂਜਾ ਦਿਨ ਹੈ ਰਾਤ ਸੌਂ ਗਿਆ ਸੀ ਖਾ ਪੀ ਕੇ ਹੁਣ ਮੈਂ ਚੱਲਿਆ ਵੀ ਯਕੂਸਕ ਨੂੰ ਬਹੁਤ ਜ਼ਿਆਦਾ ਧੁੱਪ ਨਿਕਲੀ ਹੋਈ ਹੈ ਵੀ ਪਹਾੜਾਂ ਦਾ ਵਿਊ ਦੇਖੋ ਟਰੱਕ ਹੀ ਟਰੱਕ ਖੜਿਆ ਸਾਰੇ ਲੈਣ 'ਚ ਆਹ ਸਮਾਨ ਬਚ ਗਿਆ ਸੀ ਪਾਣੀ ਦੀਆਂ ਬੋਟਲਾਂ ਵੀ ਇੱਥੇ ਰੱਖ ਲੈਂਦੇ ਹਾਂ ਕੈਫੇ 'ਚ ਓਡੋਰ ਕੋਲ ਕਿਉਂਕਿ ਹੁਣ ਅਸੀਂ ਤਾਂ ਸ਼ਹਿਰ ਹੀ ਜਾਣਾ ਕੋਈ ਕੰਮ ਨਹੀਂ
ਯਾਕੂਸਕਾ ਤੋਂ 600 ਕਿਲੋਮੀਟਰ ਦੂਰ ਹੈ ਬਈ, ਤਾਂ ਇਹ ਸਭ ਤੋਂ ਉੱਚਾ ਪਾਸ ਪੈਂਦਾ ਇਹ ਹਾਈਵੇ ਤੇ, ਲਗਭਗ 3000 ਮੀਟਰ ਦੀ ਹਾਈਟ ਤੇ ਹੈ। ਵਿਊ ਦੇਖੋ ਇੱਧਰ ਬਈ, ਆਹ ਪੁਲ ਹੈ, ਉਦਣ ਰਾਤ ਨੂੰ ਕ੍ਰੋਸ ਕੀਤਾ ਸੀ, ਉੱਥੇ ਟੁੱਟਿਆ ਪਿਆ ਹੇਠਾਂ ਕੋਈ ਸਾਧਨ ਡਿੱਗਿਆ ਸੀ। ਦੇਖੋ ਉਦਣ ਜਮਾਂ ਸਹੀ ਸੀ, ਉੱਥੇ ਟੁੱਟਿਆ ਵੀ ਐਕਸੀਡੈਂਟ ਹੋਇਆ, ਹੇਠਾਂ ਨਹੀਂ ਡਿੱਗਿਆ, ਇੰਨਾ ਸ਼ੁਕਰ ਪਤਾ ਡਿੱਗਿਆ ਵੀ ਰੈਸਕਿਊ ਕਰਕੇ ਲੈ ਗਏ। ਦਾ ਵਿਊ ਦੇਖੋ, ਬਰਫ਼ ਨਾਲ ਕਿਵੇਂ ਲਿਸ਼ਕ ਰਹੇ, ਇੰਨੇ ਜ਼ਿਆਦਾ ਸੋਹਣੇ ਲੱਗ ਰਹੇ ਆ। ਇਹ ਰੂਟ ਦੇ ਪੈਂਦੇ ਇਕੱਲੇ ਇਕੱਲੇ ਕਸਬੇ, ਛੋਟੇ ਛੋਟੇ ਸ਼ਹਿਰ, ਮੈਨੂੰ ਮੂੰਹ ਜਵਾਨੀ ਯਾਦ ਹੋ ਗਿਆ, ਅਗਲੀ ਵਾਰ ਤਾਂ ਮੈਂ ਬਿਨਾਂ ਮੈਪ ਤੋਂ ਵੀ ਜਾ ਸਕਦਾ ਉਮੀ ਅਗਾਉਣ, ਮਤਲਬ ਕਿੰਨੇ ਕਿਲੋਮੀਟਰ ਦੇ ਕਿਹੜਾ ਕੈਫੇ ਆਊਗਾ, ਸਾਰਾ ਕੁਛ। ਦੁਨੀਆ ਦੇ ਸਭ ਤੋਂ ਜ਼ਿਆਦਾ ਸੀਨਿਕ ਹਾਈਵਿਆਂ 'ਚੋਂ ਇੱਕ ਹੈ ਵੀ ਇਹ। ਆਲੇ ਦੁਆਲੇ ਵੀ ਫਰੋਜ਼ਨ ਨਦੀਆਂ ਨੇ, ਅਤੇ ਜਦੋਂ ਧੁੱਪ ਨਾਲ ਉੱਪਰਲੀ ਲੇਅਰ ਪਿਘਲ ਜਾਂਦੀ ਹੈ ਤਾਂ ਪਾਣੀ ਪੂਰਾ ਟਰਾਂਸਪਾਰੈਂਟ ਦਿਖਦਾ, ਬਸ ਵਿਚਾਲੀ ਲੇਅਰ ਰਹਿ ਜਾਂਦੀ ਹੈ ਬਰਫ਼ ਦੀ, ਇਹਦੇ ਉੱਪਰ ਦੀ ਟਰੱਕ ਵੀ ਚੱਲਦੇ ਆ, ਕਈ ਥੋੜ ਤੋਂ ਵੀ ਜ਼ਿਆਦਾ ਬਰਫ਼ ਖੁਰ ਜਾਂਦੀ ਹੈ, ਫਿਰ ਜਿਹੜੇ ਟਰੱਕ ਨੇ ਪਾਣੀ ਵਿੱਚ ਦੀ ਲੰਘਦੇ ਆ, ਮਤਲਬ 5-5 ਫੁੱਟ ਡੁੱਬ ਜਾਂਦੇ ਆ ਪਾਣੀ 'ਚ। ਬਹੁਤ ਜ਼ਿਆਦਾ ਐਡਵੈਂਚਰ ਵਾਲਾ ਇਹ ਰੋਡ ਹੈ। ਅੱਜ ਉੱਥੇ ਰੁਕਿਆ ਜਿਸ ਦਿਨ ਉਸ ਦਿਨ ਰੁਕੇ ਸੀ, ਤੁਹਾਨੂੰ ਨਦੀ ਦਿਖਾਈ ਸੀ, ਪਰ ਅੱਜ ਧੁੱਪ ਬਹੁਤ ਜ਼ਿਆਦਾ ਚੜ੍ਹੀ ਹੋਈ ਹੈ ਬਈ। ਦੇਖੋ ਕਿੰਨਾ ਜ਼ਿਆਦਾ ਸੋਹਣਾ ਵਿਊ ਹੈ, ਸੂਰਜ ਕਿੰਨਾ ਪਿਆਰਾ ਲੱਗ ਰਿਹਾ ਪਹਾੜਾਂ ਦੇ ਵਿੱਚ। ਆ ਚੱਕ ਲਈਆਂ ਵੀ ਪਾਣੀ ਵਾਲੀਆਂ ਬੋਟਲਾਂ ਪਾਣੀ ਭਰ, ਸਾਰੇ ਠੋਲੂਆਂ ਨਾਲ ਭਰੀ ਪਈ ਹੈ ਵੀ ਇਹ ਛੋਟੀ ਜਿਹੀ ਨਦੀ, ਅਤੇ ਫਰੋਜ਼ਨ ਨਹੀਂ ਹੁੰਦੀ ਯਾਰ, ਇਹ ਪਾਣੀ ਚੱਲਦਾ ਹੀ ਰਹਿੰਦਾ। ਮਦੂਰੇ ਦੇ ਲੋਕਾਂ ਦੀ ਵੀ ਮਾਨਤਾ ਹੈ ਵੀ ਫਰੀ ਨਹੀਂ ਲੈਣਾ, ਦੇਖੋ ਪਾਣੀ ਭਰਦੇ ਆ ਪੈਸੇ ਦੇ ਕੇ ਨਦੀ ਨੂੰ। ਕਿੰਨਾ ਜ਼ਿਆਦਾ ਪਿਆਰਾ ਵਿਊ ਹੈ ਯਾਰ। ਇਹ ਸਾਰੀਆਂ ਬੋਟਲਾਂ ਅਸੀਂ ਵੀ ਉਦੋਂ ਕੋਲ ਖਾਲੀ ਕਰਾਏ ਸੀ, ਤਾਂ ਇਹ ਨਵੀਆਂ ਨਹੀਂ ਖਰੀਦੇ ਬੋਟਲਾਂ, ਬਸ ਉਹ ਹੀ ਘਰੋਂ ਭਰ ਲਈਆਂ ਅਤੇ ਪੀ ਲਿਆ, ਫਿਰ ਕਿਧਰੇ ਕਿਸੇ ਨੂੰ ਦੇਤਾ ਪਾਣੀ ਦਾਨ ਕਰਤਾ, ਕਿਉਂਕਿ ਦੂਰ ਦੂਰ ਤੋਂ ਪਾਣੀ ਲਿਆਉਣਾ ਪੈਂਦਾ, ਉਰੇ ਕਿਹੜਾ ਬੋਰ ਬੂਰ ਲੱਗੇ ਹੋਏ ਆ। ਇਹ ਰੈਸਟ ਏਰੀਆ ਵੀ, ਉਰੇ ਸਾਰੇ ਟਰੱਕ ਖੜ੍ਹ ਕੇ ਆਪਦੇ ਚੈਨਾ ਚੂਨਾ ਚਾੜਦੇ ਆ ਟਾਇਰਾਂ 'ਤੇ, ਜਾਂ ਖਾਂਦੇ ਪੀਂਦੇ ਆ। ਮੇਰੇ ਬੂਟਾਂ 'ਚ ਪਾਣੀ ਪੈ ਗਿਆ ਸੀ ਕੱਲ੍ਹ, ਮੈਂ ਉਰੇ ਹੀਟਰ ਕੋਲ ਰੱਖਦੇ ਵੀ ਜਮਾਂ ਹੀ ਪਗਲਿਆ ਆਤਾ, ਜਿਹੜਾ ਚੰਮ ਸੀ ਮੈਂ ਪੋਲੇ ਹੋ ਗਏ ਜਮਾਂ, ਪਹਿਲਾਂ ਬਹੁਤ ਜ਼ਿਆਦਾ ਹਾਰਡ ਸੀ, ਤਾਂ ਬਹੁਤ ਜ਼ਿਆਦਾ ਜ਼ਬਰਦਸਤ ਹੀਟਰ ਨੇ ਉਰੇ ਗੱਡੀਆਂ 'ਚ। ਪੂਰੇ ਰੋਡ 'ਤੇ ਇੱਕ ਤਾਂ ਬਰਫ਼ ਹੈ ਵੀ, ਉੱਤੋਂ ਵੀ ਕਦੇ ਉਤਰਾਈ ਕਦੇ ਚੜ੍ਹਾਈ ਨਿਮਾਣ ਹੈ, ਅਤੇ ਇੱਕ ਲਈਏ ਜੇ ਬਣੇ ਪਏ ਆ, ਰੋਡ ਪੂਰਾ ਟੁੱਟ ਜਾਂਦਾ ਇੰਨੀ ਬਰਫ਼ 'ਚ ਬਈ। ਬਹੁਤ ਹੀ ਜ਼ਿਆਦਾ ਖਤਰਨਾਕ ਰੋਡ ਹੈ ਵੀ, ਵਿਚਾਲੇ ਭਾਈ ਦਾ ਟਰੱਕ ਖਰਾਬ ਹੋ ਗਿਆ ਸੀ, ਇਹਨੇ ਹੈਲਪ ਮੰਗੀ ਨਾਲ ਚੜ੍ਹ ਲਿਆ, ਜਿਹੜਾ ਪਰਲਾ ਭਾਈ ਉਹਦਾ ਹਰਾ ਜਿਹਾ ਟਰੱਕ ਸੀ ਜਿਹੜਾ ਹੇਠਾਂ ਹੀ ਉੱਤਰ ਰਿਹਾ ਸੀ, ਤਾਂ ਉਹਨੇ ਜਾ ਰਿਹਾ ਵੀ ਹੰਡੇਗਾ ਇੱਥੋਂ 150-200 ਕਿਲੋਮੀਟਰ ਹੋਣਾ ਛੋਟਾ ਜਿਹਾ, ਅਤੇ ਉੱਥੋਂ ਫਿਰ ਇਹ ਮਦਦ ਮੁਦਦ ਲੈਣਗੇ ਕੁਛ ਵੀ, ਹੈ ਨਾ। ਪਹੁੰਚ ਗਏ ਆਪਾਂ ਲਾਸਕਾ ਕੈਫੇ, ਇੱਥੇ ਖਾਂਦੇ ਪੀਂਦੇ ਆ, ਸਾਡੇ ਕੁ 11 ਵੱਜ ਗਏ ਯਾਰ। ਆਹ ਟਰੱਕ ਟਰੁੱਕ ਜੇ ਖੜ੍ਹੇ ਆ ਵੀ ਸਾਰੇ, ਐਡੀਆਂ ਐਡੀਆਂ ਮਸ਼ੀਨਾਂ ਨਾਲ ਵੀ ਇਹ ਰੋਡ ਦੀ ਕਲੀਅਰੈਂਸ ਹੁੰਦੀ ਹੈ, ਬਰਫ਼ ਪਰਾਂ ਕਰਦੇ, ਬਹੁਤ ਜ਼ਿਆਦਾ ਮਸ਼ੀਨਾਂ ਚੱਲ ਰਹੀਆਂ ਨੇ ਰੋਡ 'ਤੇ। ਰਿਸ ਚਾਏ, ਲੈਮਨ ਚਾਏ
ਇਹ ਚੌਲ ਨੇ ਯਾਰ ਵਿੱਚ ਮੀਟ ਜਾ ਲੈਮਨ ਦਾ ਨਾਮ ਦਈ ਆ ਦੇਖੋ ਚਾਹ ਚ ਬਾਏ ਬਾਏ ਵਾਕਾ ਵਾਕਾ ਬਾਏ ਬਾਏ ਸਪੈਸ਼ਲ ਸਭਾ ਇੱਕ ਹੋ ਗਿਆ ਵੀ ਹਾਂਡੇਗਾ ਪਹੁੰਚ ਗਏ ਆਪਾਂ ਦੇਖੋ ਬਸ ਜਾਣਾ ਤਾਂ ਇਹਨਾਂ ਨੇ ਵੀ ਜਾਕੂ ਉਸਕਾ ਇਹਨਾਂ ਉਰੇ ਰਿਸ਼ਤੇ ਰੁਸ਼ਤੇਦਾਰੀ ਇਹਨਾਂ ਦੇ ਬੱਚੇ ਬੁੱਚੇ ਹੋਣੇ ਕਾਫੀ ਨਾਲ ਹੋਰ ਥਾਵਾਂ ਤੇ ਜਾਣਾ ਇਹਨਾਂ ਨੇ ਇੱਕ ਦੋ ਤੇ ਹੈਲੋ ਸ਼ਾਮੇ ਆਹ ਚਾਹ ਜੀ ਲਈ ਯਾਰ ਥੋੜ੍ਹੀ ਜਿਹੀ ਭੁੱਖ ਲੱਗੀ ਸੀ ਇਹ ਲੈ ਲਿਆ ਜਮਾਲ ਭਾਈ ਸਾਹਿਬ ਇਹ ਵੀ ਰਹਿ ਚਾਹ ਬਹੁਤ ਦਿਨਾਂ ਵੱਲ ਮਿਲਿਆ ਅੱਜ ਮੈਂ ਇੱਥੇ ਰੁਕੂੰਗਾ ਵੀ ਅੱਜ ਦੋਸਤਾਨ ਆ ਗਿਆ ਵੀ ਦੁਬਾਰੇ ਗੱਡੀ ਲੈ ਕੇ ਬਈ ਇਹ ਸ਼ਹਿਰ ਤੋਂ ਸਾਰਾ ਸਮਾਨ ਲੈ ਕੇ ਜਾਂਦੇ ਆ ਜਿਹੜਾ ਵੀ ਰੈਸਟੋਰੈਂਟ 'ਚ ਬਣਾਉਂਦੇ ਆ 150-200 ਕਿਲੋਮੀਟਰ ਆ ਉੱਥੋਂ ਸੂਰਜ ਬਹੁਤ ਪਿਆਰਾ ਲੱਗ ਰਿਹਾ ਯਾਰ ਇਹ ਸ਼ਹਿਰ ਦਾ ਪਿੱਛੇ ਦੇਖੋ ਘਰ ਜੇ ਕਿੰਨੇ ਘੈਂਟ ਨੇ ਵੈਸੇ ਤਾਂ ਕਾਫੀ ਪੁਰਾਣੇ ਘਰ ਨੇ ਸ਼ਹਿਰ 'ਚ ਸਾਰੇ ਨਵੇਂ ਬਣੇ ਹੋਏ ਅਪਾਰਟਮੈਂਟ ਨੇ ਆ ਖੜੀ ਹੈ ਵੀ ਗੱਡੀ ਦਸਤਾਨ ਦੀ ਅਤੇ ਆਹ ਦੇਖੋ ਇਹਨਾਂ ਦਾ ਘਰ ਹੈ ਇੱਥੇ ਰਹਿੰਦੇ ਆ ਕੀ ਦਾਰੇ ਆ ਪੂਰੀ ਬਿੱਲੀ ਬਣ ਜਾਂਦੀ ਹੈ ਬਈ ਇਹ ਕੱਪੜੇ ਜੇ ਪਾ ਕੇ ਜਦੋਂ ਨਿਕਲਦੀ ਹੈ ਇਹ ਦਾਰਿਆ ਦਾ ਬੱਚਾ ਹੈ ਬਈ ਛੋਟਾ ਜਿਹਾ ਘਰੇ ਆ ਗਿਆ ਦਸਤਾਨ ਦਾ ਕਮਰਾ ਪ੍ਰਿੰਟਰ ਪ੍ਰੁੰਟਰ ਪਏ ਆ ਆਹ ਮਿਊਜ਼ਿਕ ਦਾ ਕਾਫੀ ਸ਼ੌਂਕੀ ਹੈ ਦੇਖੋ ਉਰੇ ਵੀ ਕਾਫੀ ਪਏ ਨੇ ਵੀ ਪਿਆਨੂ ਪੁਨੂ ਮੈਂ ਉਰੇ ਵੀਡੀਓ ਐਡਿਟ ਕਰ ਰਿਹਾ ਵੀ ਇੱਧਰ ਗੇਮਿੰਗ ਦਾ ਕੰਪਿਊਟਰ ਪਿਆ ਪੂਰਾ ਆਹ ਚਲਾ ਦਾ ਵੀ ਇਹਨਾਂ ਨੇ ਦੇਖੋ ਆਟੋਮੇਟਡ ਜਾਂ ਮਸ਼ੀਨ ਦੀ ਫਲੋਰ ਸਾਫ਼ ਕਰਨਾ ਇਹਨਾਂ ਦਾ ਕਿਚਨ ਆ ਗਿਆ ਓਪਨ ਕਿਚਨ ਹੁਣ ਇੱਥੇ ਫਿਰ ਮੈਂ ਖਾਣਾ ਖਾ ਰਿਹਾ ਤੁਸੀਂ ਖਾਣਾ ਹੀ ਦਿਖਾਈ ਜਾਂਦਾ ਦਸਤਾਨ ਦੀ ਭੈਣ ਦੇ 3 ਮੁੰਡੇ ਆ ਬਈ ਇਹ ਵਿਚਾਲਲਾ ਹੈ ਉਹ ਛੋਟਾ ਜਿਹਾ ਸਭ ਤੋਂ ਛੋਟਾ ਹੈ ਇਹਨਾਂ ਨੇ LCD ਬੜੀ ਘੈਂਟ ਤਰੀਕੇ ਨਾਲ ਲਈ ਹੈ ਦੇਖੋ ਬੈਂਡ ਕਰਕੇ ਲਈ ਹੈ ਨਹੀਂ ਆਪਾਂ ਨੂੰ ਸਿੱਧੀ ਲਾ ਦਿੰਦੇ ਹਾਂ ਕੰਧ ਨਾਲ ਗਲਤ ਹੈ ਐਵੇਂ ਲਾਉਣੀ ਚਾਹੀਦੀ ਹੈ ਸਹੀ ਹੈ ਡੰਪਲਿੰਗ ਉਲਾਨ ਉਡੇ ਤੋਂ ਬਾਅਦ ਆਪਾਂ ਅੱਜ ਖਾ ਰਹੇ ਹਾਂ ਅੱਜ ਦਾ ਵਲੌਗ ਇੱਥੇ ਤੱਕ ਸੀ ਵੀ ਕਾਫੀ ਥੱਕ ਗਿਆ ਕਾਫੀ ਖਾ ਲਿਆ ਪੀ ਲਿਆ ਅਤੇ ਕਾਫੀ ਵਧੀਆ ਨਜ਼ਾਰਾ ਆਇਆ ਅਤੇ ਕੱਲ੍ਹ ਨੂੰ ਆਪਾਂ ਜਾਵਾਂਗੇ ਵੀ ਯਾਕੂਸਕ ਦੇਖਦੇ ਹਾਂ ਕਿਵੇਂ ਰਹੂਗਾ ਕੱਲ੍ਹ ਦਾ ਸਫ਼ਰ ਜੇ ਵਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੀਓ